ਰੱਬਾ ਇਹ ਈਰਖਾ ਦੀ ਵੱਲ ਸੁੱਕ ਜਾਏ, ਦੁਨੀਆ 'ਚੋਂ ਸਦਾ ਲਈ ਲੜਾਈ ਮੁੱਕ ਜਾਏ, ਕਿਸੇ ਨੂੰ ਨਾ ਲੋੜ ਪਵੇ ਹਥਿਆਰ ਦੀ, ਹਰ ਘਰ ਵਿੱਚ ਰਵੇ ਰੁੱਤ ਪਿਆਰ ਦੀ, ਰੋਸਿਆਂ ਦਾ ਮੁੱਖ ਹਾਸੇ ਹੇਠਾਂ ਲੁਕ ਜਾਏ, ਰੱਬਾ ਇਹ ਈਰਖਾ ਦੀ ਵੱਲ ਸੁੱਕ ਜਾਏ, ਦੁਨੀਆ 'ਚੋਂ ਸਦਾ ਲਈ ਲੜਾਈ ਮੁੱਕ ਜਾਏ। ਪ੍ਰੋਗਰਾਮ ਜਾਣ ਪਹਿਚਾਣ ਵਿੱਚ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰੀ ਫਿਰ ਮੈਂ ਗਿੱਲ ਪ੍ਰਦੀਪ ਸਵਾਗਤ ਕਰਦਾ। ਅਤੇ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਹੋਣਾ ਬਾਰੇ, ਜਿਹੜੇ ਕਿ ਪਿਛਲੇ 45 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਨੇ ਹਰਿਆਣੇ ਦੇ ਵਿੱਚ ਅੰਬਾਲਾ ਸ਼ਹਿਰ ਦੇ ਗੁਰਦੁਆਰੇ ਦੇ ਵਿੱਚ, ਪਰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਹਾਲੇ ਤੱਕ ਜਾ ਕੇ ਸਾਰ ਨਹੀਂ ਲਈ। ਉਹਨਾਂ ਦੀਆਂ ਕੀ ਮੰਗਾਂ ਨੇ, ਕਿਉਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਹਾਲੇ ਤੱਕ ਮੰਨੀਆਂ ਨਹੀਂ ਗਈਆਂ, ਕਿਉਂ ਉਹਨਾਂ ਨੂੰ ਦੁਬਾਰਾ ਜਿਹੜੀ ਭੁੱਖ ਹੜਤਾਲ ਰੱਖਣੀ ਪਈ, ਇਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਕਿਉਂਕਿ ਬਾਹਰਲੇ ਸਿੱਖ ਆ ਜਿਹੜੇ, ਉਹਨਾਂ ਦੀ ਜ਼ਮੀਰ ਆ ਜਿਹੜੀ ਉਹ ਜਾਗੀ ਹੋਈ ਹੈ, ਉਹਨਾਂ ਨੇ ਇਹ ਫੈਸਲਾ ਕੀਤਾ ਵੀ ਆਉਣ ਵਾਲੇ ਸੋਮਵਾਰ ਨੂੰ, ਜਾਣੀ ਕਿ 29 ਦਸੰਬਰ ਨੂੰ, ਨਿਊਯਾਰਕ ਦੇ ਵਿੱਚ ਕੌਂਸਲੇਟ ਦਾ ਜਿਹੜਾ ਆਫਿਸ ਉਹਦੇ ਬਾਹਰ ਇੱਕ ਇਕੱਠ ਕਰਨਾ ਹੈ ਸਿੱਖਾਂ ਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ, ਸਰਕਾਰਾਂ ਨੂੰ ਪਤਾ ਲੱਗ ਸਕੇ ਵੀ ਸਾਰੇ ਸਿੱਖ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵੱਸਦੇ ਨੇ ਉਹ ਭਾਈ ਸਾਹਿਬ ਦੇ ਨਾਲ ਨੇ, ਅਤੇ ਉਹਦੇ ਬਾਰੇ ਜਿਹੜੇ ਪੰਥ ਦੇ ਦਰਦੀ ਨੇ, ਜਿਨ੍ਹਾਂ ਨੂੰ ਦਰਦ ਹੈ ਸਿੱਖ ਕੌਮ ਦੇ ਲਈ, ਸਿੱਖਾਂ ਦੇ ਲਈ, ਜਾਂ ਸਿੱਖਾਂ ਦੇ ਜਿਹੜੇ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ ਆਪਣੀਆਂ ਸਜ਼ਾ ਕੱਟ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾਈ ਨਹੀਂ ਮਿਲੀ, ਉਹਨਾਂ ਪ੍ਰਤੀ ਦਰਦ ਰੱਖਦੇ ਜਿਹੜੇ ਸਿੱਖ ਨੇ, ਸਿੱਖਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹ ਇੱਕ ਇਕੱਠ ਦੇ ਰੂਪ ਦੇ ਵਿੱਚ ਆਪਣੀ ਸ਼ਕਤੀ ਹੈ ਜਿਹੜੀ ਦਿਖਾਉਣਗੇ ਉੱਥੇ, ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ। ਮੇਰੇ ਨਾਲ ਜਿਹੜੇ ਮਹਿਮਾਨ ਆਏ ਹੋਏ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਆਓ ਮੈਂ ਤੁਹਾਡੀ ਜਾਣ ਪਹਿਚਾਣ ਉਹਨਾਂ ਦੇ ਨਾਲ ਕਰਾਉਣਾ ਹੈ। ਮੇਰੇ ਨਾਲ ਬੈਠੇ ਨੇ ਸਰਦਾਰ ਅਵਤਾਰ ਸਿੰਘ ਪੰਨੂ ਜੀ, ਜਿਹੜੇ ਕਿ ਸਿੱਖਸ ਫੋਰ ਜਸਟਿਸ ਦੇ ਨੁਮਾਇੰਦੇ ਨੇ, ਔਰ ਉਹਨਾਂ ਦੇ ਨਾਲ ਸਰਦਾਰ ਹਿਮਤ ਸਿੰਘ ਜੀ, ਪੰਥਕ ਸਿੱਖ ਸੁਸਾਇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ। ਸਭ ਤੋਂ ਪਹਿਲਾਂ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ। ਪੰਨੂ ਸਾਹਿਬ, ਤੁਹਾਡੇ ਤੋਂ ਆਪਾਂ ਗੱਲਬਾਤ ਸ਼ੁਰੂ ਕਰਨੀ ਚਾਹਾਂਗੇ। ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਪਿਛਲੇ ਸਾਲ ਵੀ ਭੁੱਖ ਹੜਤਾਲ 'ਤੇ ਬੈਠੇ ਸੀ, ਕੀ ਤੁਸੀਂ ਸਮਝਦੇ ਹੋ ਵੀ ਕਿਉਂ ਉਹਨਾਂ ਨੂੰ ਇੱਕ ਸਾਲ ਬਾਅਦ ਫਿਰ ਭੁੱਖ ਹੜਤਾਲ ਰੱਖਣੀ ਪਈ? ਕੀ ਉਹਨਾਂ ਦੀਆਂ ਮੰਗਾਂ ਸੀ ਪਿਛਲੇ ਸਾਲ ਜਿਹੜੀਆਂ ਉਹਨਾਂ ਨੂੰ ਲੱਗੀਆਂ ਵੀ ਨਹੀਂ ਮੰਨੀਆਂ ਗਈਆਂ, ਅਤੇ ਇਸ ਸਾਲ ਫਿਰ ਉਹ ਉਸੇ ਤਰ੍ਹਾਂ ਭੁੱਖ ਹੜਤਾਲ 'ਤੇ ਬੈਠੇ ਨੇ, ਪਰ ਪੰਜਾਬ ਵਿੱਚ ਨਹੀਂ, ਹਰਿਆਣੇ ਵਿੱਚ ਜਾ ਕੇ? ਸਭ ਤੋਂ ਪਹਿਲਾਂ ਗਲੋਬਲ ਟੀਵੀ ਚੈਨਲ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਗਿੱਲ ਸਾਹਿਬ, ਤੁਸੀਂ ਕੁਐਸਚਨ ਪੁੱਛਿਆ ਗੁਰਬਖਸ਼ ਸਿੰਘ ਜੀ ਖਾਲਸਾ ਵਾਸਤੇ ਜੀ, ਕਿ ਜਿਹੜਾ ਪਿਛਲੇ ਸਾਲ ਉਹ ਭੁੱਖ ਹੜਤਾਲ 'ਤੇ ਬੈਠੇ ਸੀਗੇ, ਉਹਨਾਂ ਬੰਦੀ ਸਿੱਖਾਂ ਵਾਸਤੇ ਜਿਹੜੇ ਸਾਡੇ ਭੈਣ ਭਰਾ ਜੇਲ੍ਹਾਂ ਦੇ ਵਿੱਚ ਪਿਛਲੇ 30 ਸਾਲਾਂ ਤੋਂ ਰੁਲ ਰਹੇ ਹਨ ਜੀ, ਪਰ ਕਿਸੇ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਪਿਛਲੇ ਸਾਲ ਸਮੂਹ ਪੰਥਕ ਜਥੇਬੰਦੀਆਂ, ਜਥੇਦਾਰ ਸਾਹਿਬਾਨ ਸਾਰੇ ਹੀ ਰਲ ਕੇ ਉਸ ਦਾ ਸਾਥ ਦੇ ਰਹੇ ਸੀਗੇ ਜੀ, ਪਰ ਕੁਛ ਕਾਰਨਾਂ ਕਰਕੇ ਭਾਈ ਗੁਰਬਖਸ਼ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਅਤੇ ਬਾਕੀ ਸਿੰਘਾਂ ਦੇ ਆਖੇ ਲੱਗ ਕੇ ਸੰਤ ਸਮਾਜ ਦੇ ਜੀ, ਅਤੇ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਆ ਉਹ ਤੋੜ ਦਿੱਤੀ ਜੀ। ਉਹਦੇ ਵਿੱਚ 3 ਸਿੰਘ ਜਿਹੜੇ ਸੀਗੇ ਉਹ ਉਦੋਂ ਜ਼ਮਾਨ ਦੇ ਉੱਤੇ ਕੋਈ 28-30 ਦਿਨ ਵਾਸਤੇ ਘਰਾਂ 'ਚ ਆਏ ਜੀ। ਅੱਜ ਫਿਰ ਉਹਨਾਂ ਨੂੰ ਕਿਉਂ ਭੁੱਖ ਹੜਤਾਲ ਰੱਖਣ ਦੀ ਲੋੜ ਪਈ? ਕਿਉਂਕਿ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹਨਾਂ ਦੇ ਉੱਤੋਂ ਪੰਜਾਬ ਗੌਰਮੈਂਟ ਅਤੇ ਜਥੇਦਾਰ ਜਿਹੜੇ ਨੇ ਉਹ ਮੁਨਕਰ ਹੋ ਗਏ। ਇਸ ਕਰਕੇ ਉਹਨਾਂ ਨੇ ਜਿਹੜਾ ਫਿਰ ਦੁਬਾਰਾ ਮੁੱਦਾ ਚੁੱਕਿਆ, ਪਹਿਲੀ ਗੱਲ ਪੰਜਾਬ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਉੱਥੇ ਬੋਲਬਾਲਾ, ਉਹਨਾਂ ਨੇ ਕਿਸੇ ਵੀ ਗੁਰਦੁਆਰੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਨੂੰ ਬਹਿਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ ਉਹਨਾਂ ਨੂੰ ਹਰਿਆਣਾ ਦਾ ਗੁਰਦੁਆਰਾ ਸਾਹਿਬ ਜਿਹੜਾ ਉਹ ਚੁਣਨਾ ਪਿਆ ਜੀ, ਜਿੱਥੇ ਅਰਦਾਸ ਕਰਕੇ ਭਾਈ ਸਾਹਿਬ ਅੱਜ 45ਵੇਂ ਦਿਨ ਦੇ ਵਿੱਚ ਜਾ ਰਹੇ ਹਨ। ਉਹਨਾਂ ਦੀ ਸਿਹਤ ਕਾਫੀ ਹੁਣ ਨਾਜ਼ੁਕ ਹੈ ਜੀ, ਪਰ ਜਿਹੜਾ ਪ੍ਰਸ਼ਾਸਨ ਹੈ ਉੱਥੋਂ ਦਾ, ਉਸ ਦੇ ਕਿਤੇ ਵੀ ਕੰਨ 'ਤੇ ਜੂੰ ਨਹੀਂ ਸਰਕੀ, ਨਾ ਹੀ ਉਹਦੇ ਕੋਲ ਜਾ ਕੇ ਪਤਾ ਲੈਣ ਗਏ ਨੇ। ਕੁਛ ਦਰਦੀ ਵੀਰ ਜਥੇਬੰਦੀਆਂ ਵਾਲੇ ਜਾਂ ਜਿਹੜੀ ਲੁਕਾਈ ਆ ਲੋਕ ਨੇ ਮੇਰੇ, ਜਿਹੜੇ ਦਰਦ ਰੱਖਦੇ ਨੇ ਪੰਥ ਦਾ, ਉਹ ਭਾਈ ਸਾਹਿਬ ਦੇ ਨਾਲ ਉੱਥੇ ਖੜ੍ਹੇ ਹਨ, ਉਹਦੇ ਨਾਲ ਦਿਨ ਪਰ ਦਿਨ ਕੰਮ ਕਰ ਰਹੇ ਹਨ ਜੀ। ਇਸੇ ਚੀਜ਼ ਨੂੰ ਬਾਹਰ ਦੇ ਸਿੱਖਾਂ ਨੇ, ਸਮੂਹ ਪੰਥਕ ਜਥੇਬੰਦੀਆਂ ਨੇ, ਸਮੂਹ ਗੁਰਦੁਆਰਾ ਸਾਹਿਬਾਨ ਨੇ ਇਹ ਪ੍ਰੋਗਰਾਮ ਲਿਖਿਆ ਕਿ ਬਾਹਰ ਦਾ ਸਿੱਖ ਸੁਚੇਤ ਹੈ, ਜਾਗਦਾ ਹੈ, ਜੇਕਰ ਉੱਥੋਂ ਦਾ ਪ੍ਰਸ਼ਾਸਨ ਸੁੱਤਾ ਪਿਆ ਹੈ ਤਾਂ ਬਾਹਰ ਦੇ ਸਿੱਖਾਂ ਨੂੰ ਉਸ ਭਾਈ ਸਾਹਿਬ ਦੀ ਆਵਾਜ਼ ਬੁਲੰਦ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਜੀ। ਜਿਹਦੇ ਵਿੱਚ ਮੈਂ ਸਮਝਦਾ ਹਾਂ ਕਿ ਪਹਿਲ ਜਿਹੜੀ ਆ ਉਹ ਨਿਊਯਾਰਕ ਦੀ ਧਰਤੀ ਦੇ ਉੱਤੋਂ ਇਹ ਪਹਿਲੀ ਪਹਿਲ ਜਿਹੜੀ ਇਹਨਾਂ ਨੂੰ ਇਹਨਾਂ ਲਈ ਆ ਜੀ, ਇਹ ਚੀਜ਼ ਨੂੰ ਲੀਡ ਕਰ ਰਹੇ ਹਨ। ਪਰ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਵੀ ਪਿਛਲੇ ਵਾਰ ਆਪਾਂ ਨੂੰ ਪਤਾ ਉਦੋਂ
ਕਾਫੀ ਪ੍ਰੋਪੇਗੰਡਾ ਜੋ ਉਹਨਾਂ ਦੇ ਬਾਹਰ ਜਿਹੜਾ ਸਿੱਖਾਂ ਨੇ ਇਕੱਠਾ ਹੋ ਕੇ ਵੀ ਕੀਤਾ, ਪਰ 45 ਦਿਨਾਂ ਤੱਕ ਵੇਟ ਆ ਜਿਹੜੀ ਉਹ ਕਿਉਂ ਕੀਤੀ ਗਈ? ਉਹਨਾਂ ਦਾ ਸਾਥ ਆ ਜਿਹੜਾ ਬਾਹਰਲੇ ਸਿੱਖਾਂ ਵੱਲੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਸਿੱਖ ਪਹਿਲਾਂ ਵੀ ਜਿਹੜੇ ਜਥੇਬੰਦੀਆਂ ਨੇ ਆਪੋ ਆਪਣੇ ਤੌਰ 'ਤੇ ਕਰ ਰਹੇ ਸੀਗੇ ਜੀ ਵੀ ਕੁਛ ਨਾ ਕੁਛ ਜਿਹੜਾ ਵਾ ਉਹ ਸਿਸਟਮ ਜਿਹੜਾ ਸ਼ਾਇਦ ਛੇਤੀ ਕੁਲਾਵੇ 'ਚ ਆ ਜਾਏਗਾ ਜੀ। ਪਰ ਜਦੋਂ ਇਕੱਲੇ ਇਕੱਲੇ ਅਸੀਂ ਕਰਦੇ ਰਹੇ, ਸਾਰੇ ਜਿੰਨੀਆਂ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵੀ ਕਰਦੇ ਰਹੇ ਜੀ, ਪਰ ਹੁਣ ਇੱਕ ਪਲੇਟਫਾਰਮ ਇਹੋ ਜਿਹਾ ਆ ਗਿਆ ਕਿਉਂਕਿ 45 ਦਿਨ ਲੰਘੇ, ਇਹ ਅਸੀਂ 3 ਕੁ ਦਿਨ ਅੱਗੇ ਪ੍ਰੋਗਰਾਮ ਲਿਖੇ ਨੂੰ ਤੁਹਾਡਾ ਮੰਨਣਾ ਵੀ ਪਹਿਲਾਂ ਸ਼ਾਇਦ ਤੁਹਾਨੂੰ ਲੱਗਦਾ ਸੀ ਵੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਛੇਤੀ ਮੰਨੀਆਂ ਜਾਣਗੀਆਂ, ਪਰ ਜਿਹੜੀ ਮਤਲਬ ਜਿਹੜਾ ਪ੍ਰਸ਼ਾਸਨ ਆ ਉੱਥੋਂ ਦਾ, ਜਿਹੜੀ ਖਾਸ ਕਰਕੇ ਆਪਾਂ ਪੰਜਾਬ ਗੌਰਮੈਂਟ ਲਈਏ ਜੀ, ਉਹਨਾਂ ਨੇ ਜੇ ਉਹਨਾਂ ਨੂੰ ਪੰਜਾਬ ਦੇ ਗੁਰਦੁਆਰੇ 'ਚ ਥਾਂ ਨਹੀਂ ਦਿੱਤਾ ਜੀ ਅਤੇ ਹਰਿਆਣੇ 'ਚ ਜਾ ਕੇ ਬੈਠੇ ਨੇ, ਹਰਿਆਣਾ ਸਰਕਾਰ ਜਿਹੜੀ ਉਹ ਆਲਰੇਡੀ ਆਪਾਂ ਨੂੰ ਪਤਾ BJP ਦੇ ਕੋਲ ਆ, ਉਹ ਤਾਂ ਬਰਖਲਾਫ ਇਹਨਾਂ ਚੀਜ਼ਾਂ ਦੇ ਹੈ ਹੀ ਨੇ ਜੀ ਜੀ ਜੀ। ਪਰ ਅੱਜ ਭਾਈ ਸਾਹਿਬ ਦੀ ਜਿਹੜੀ ਨਾਜ਼ੁਕ ਹਾਲਤ ਵੇਖ ਕੇ ਜਿਹੜਾ ਪੰਥ ਦਾ ਦਰਦੀ ਸਿੱਖ ਆ ਉਹ ਉਹਨਾਂ ਦੀ ਆਵਾਜ਼ ਦੇ ਨਾਲ ਆਵਾਜ਼ ਬੁਲੰਦ ਕਰ ਰਿਹਾ, ਇਸੇ ਕਰਕੇ ਜਿਹੜਾ ਸਭ ਤੋਂ ਵੱਡਾ ਜਿਹੜਾ ਇਕੱਠ ਜਿਹੜਾ ਟਰਾਈ ਸਟੇਟ ਦੀਆਂ ਸੰਗਤਾਂ ਨੇ, ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬਾਂ ਨੇ, ਉਹ 29 ਤਰੀਕ ਨੂੰ ਸੋਮਵਾਰ ਨੂੰ 11 ਤੋਂ 2 ਵਜੇ ਤੱਕ ਨਿਊ ਯਾਰਕ ਦੇ ਕੌਂਸਲ ਦੇ ਦਫ਼ਤਰ ਦੇ ਸਾਹਮਣੇ ਰੱਖਿਆ ਜੀ। ਹਿੰਮਤ ਭਾਅ ਜੀ, ਤੁਸੀਂ ਦੱਸੋ ਵੀ 29 ਤਰੀਕ ਦੇ ਪ੍ਰੋਗਰਾਮ 'ਤੇ ਜੇ ਆਪਾਂ ਗੱਲ ਕਰੀਏ, ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਹੋਵੇਗਾ ਉੱਥੇ, ਕਿਸ ਤਰ੍ਹਾਂ ਦਾ ਤੁਸੀਂ ਉਲੀਕਿਆ ਪ੍ਰੋਗਰਾਮ, ਅਤੇ ਤੁਸੀਂ ਕੌਂਸਲੇਟ ਜਨਰਲ ਦੇ ਆਫਿਸ ਦੇ ਬਾਹਰ ਜਿਹੜਾ ਇਕੱਠ ਕਿਉਂ ਕਰਨਾ ਚਾਹਿਆ, ਹੋਰ ਕੋਈ ਆਫਿਸ ਕਿਉਂ ਨਹੀਂ ਚੁਣਿਆ, ਉਹੀ ਕੌਂਸਲੇਟ ਦੇ ਕਿਉਂ ਕੇਂਦਰਿਤ ਕੀਤਾ ਤੁਸੀਂ? ਇਹ ਸਰਦਾਰ ਪ੍ਰਦੀਪ ਸਿੰਘ ਜੀ, ਗੱਲ ਇੱਦਾਂ ਆ ਬਈ ਭਾਈ ਗੁਰਬਖਸ਼ ਸਿੰਘ ਜੀ ਜੋ ਭੁੱਖ ਹੜਤਾਲ 'ਤੇ ਗੁਰਦੁਆਰਾ ਲਖਨੌਰ ਸਾਹਿਬ ਜਿਹੜਾ ਹਰਿਆਣੇ ਦੇ ਵਿੱਚ ਅੰਬਾਲੇ ਸ਼ਹਿਰ ਦੇ ਲਾਗੇ ਪੈਂਦਾ ਇਤਿਹਾਸਿਕ ਗੁਰਦੁਆਰਾ ਜੀ, ਪੰਜਾਬ ਦੇ ਵਿੱਚ ਜਗ੍ਹਾ ਨਹੀਂ ਮਿਲੀ ਜੀ, ਕਿਉਂਕਿ ਬਹੁਤ ਜਗ੍ਹਾ ਉਹਨਾਂ ਨੇ ਟਰਾਈ ਕੀਤੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਗੱਲ ਕੀਤੀ, ਜਿਹੜੇ ਇਤਿਹਾਸਿਕ ਗੁਰਦੁਆਰੇ ਉਹਨਾਂ ਨੇ ਟਰਾਈ ਕੀਤੀ, ਉਹਨਾਂ ਨੂੰ ਜਗ੍ਹਾ ਬੈਠਣ ਨਹੀਂ ਦਿੱਤਾ ਗਿਆ ਜੀ, ਕਿਉਂਕਿ ਲਾਸਟ ਟਾਈਮ ਵੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਉਹ ਉਹਨਾਂ ਨੇ ਭੁੱਖ ਹੜਤਾਲ ਜਿਹੜੀ ਰੱਖੀ ਉਦੋਂ ਵੀ ਪ੍ਰਸ਼ਾਸਨ ਨੇ ਧੱਕੇ ਨਾਲ ਉਹਨਾਂ ਨੂੰ ਰਾਤ ਨੂੰ ਚੱਕਿਆ, ਆਪਣੀ ਜਿਹੜੀ ਅੰਡਰ ਮਤਲਬ ਸਿਵਲ ਵਰਦੀ ਦੇ ਵਿੱਚ ਆ ਕੇ ਧੋਖੇ ਦੇ ਨਾਲ ਜੀ। ਸੋ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇੱਕ ਜਿਹੜੀ ਆ ਪ੍ਰੋਮਿਸ ਕੀਤਾ ਸੀ ਵੀ ਜੇ ਉਹਨਾਂ ਨੇ ਨਾ ਛੱਡੇ ਅਸੀਂ ਬਾਅਦ, ਤੁਸੀਂ ਹੁਣ ਆਪਣੀ ਜਿਹੜੀ ਭੁੱਖ ਹੜਤਾਲ ਖਤਮ ਕਰ ਦਿਓ, ਅਸੀਂ ਬਾਅਦ 'ਚ ਤੁਹਾਡੇ ਨਾਲ ਸਪੋਰਟ ਕਰਾਂਗੇ। ਪਰ ਉਹ ਆਪਣੇ ਵਾਅਦਿਆਂ ਤੋਂ ਮੁੱਕਰੇ ਔਰ ਉਹਨਾਂ ਨੂੰ ਜਿਹੜੀ ਇਹ ਜਿਹੜੀ ਉਹਨਾਂ ਦੀ ਮੰਗ ਡਿਮਾਂਡ ਸੀਗੀ ਇਹ ਪੂਰੀ ਹੁੰਦੀ ਨਾ ਦਿਖਦੀ ਦਿਖੀ ਅਤੇ ਉਹਨਾਂ ਨੇ ਦੁਬਾਰਾ ਜਿਹੜੀ ਆ ਗੁਰਦੁਆਰਾ ਲਖਨੌਰ ਸਾਹਿਬ ਹਰਿਆਣੇ ਦੇ ਵਿੱਚ ਉਹਨਾਂ ਨੇ ਆਪਣਾ ਸਟਾਰਟ ਕੀਤੀ। ਸੋ ਉਸ ਸੰਬੰਧ ਦੇ ਵਿੱਚ ਕਿਉਂਕਿ ਸਿੰਘ ਸਾਹਿਬ ਨੂੰ ਗੁਰਬਖਸ਼ ਸਿੰਘ ਨੂੰ 45 ਦਿਨ ਅੱਜ ਭੁੱਖ ਹੜਤਾਲ 'ਤੇ ਹੋ ਗਏ ਆ ਬੈਠੇ ਹਾਂ, ਸੋ ਉਹਨਾਂ ਨੇ ਕੱਲ੍ਹ ਹੀ ਇੱਕ ਹੋਰ ਐਲਾਨ ਨਵਾਂ ਕਰ ਦਿੱਤਾ ਵੀ ਜੇ ਮੇਰੀਆਂ ਮੰਗਾਂ ਨਾ ਮੰਨੀਆਂ ਗਈਆਂ, ਜਿਹੜੇ ਕਿ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਪੂਰੀਆਂ ਹੋ ਚੁੱਕੀਆਂ, ਜੇ ਉਹਨਾਂ ਨੂੰ ਨਾ ਰਿਹਾਅ ਕੀਤਾ ਪੱਕੇ ਤੌਰ 'ਤੇ, ਕਿਉਂਕਿ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਸੀ ਉਹ ਭੁਗਤ ਚੁੱਕੇ ਆ ਜੀ, ਉਹ ਆਲਰੇਡੀ ਉਹ ਤੋਂ ਓਵਰ ਚੱਲ ਰਿਹਾ ਕੰਮ ਸਜ਼ਾਵਾਂ ਤੋਂ ਜੀ ਜੀ। ਜੇ ਉਹਨਾਂ ਨੂੰ ਨਾ ਰਿਹਾਅ ਕੀਤਾ ਉਹ 2 ਤਰੀਕ ਨੂੰ ਪਾਣੀ ਪੀਣਾ ਵੀ ਛੱਡ ਦੇਣਗੇ, ਉਹਨਾਂ ਨੇ ਉਹਨਾਂ ਦੀ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਆ। ਅਸੀਂ ਲਾਸਟ ਟਾਈਮ ਵੀ ਜਦੋਂ ਲਾਸਟ ਈਅਰ ਜਿਹੜੀ ਉਹਨਾਂ ਨੇ ਜਦੋਂ ਭੁੱਖ ਹੜਤਾਲ ਆਪਣੀ ਆਰੰਭ ਕੀਤੀ ਸੀਗੀ ਉਦੋਂ ਵੀ ਅਸੀਂ UNO ਗਾੜੀ ਜਿਹੜੀ ਆਪਣੀ ਜਿਹੜੀ ਅਸੀਂ ਇੱਥੇ ਜਿਹੜਾ ਆਪਣਾ ਰੋਸ ਕੀਤਾ ਸੀ ਜੀ, ਬਹੁਤ ਵੱਡਾ ਇਕੱਠ ਜਿਹੜਾ ਸ਼ੋਰਟ ਟਾਈਮ ਦੇ ਵਿੱਚ ਹੋਇਆ ਸੀ। ਸੋ ਹੁਣ ਵੀ ਅਸੀਂ ਜਿਹੜਾ ਏਜੰਸੀ ਦੇ ਅੱਗੇ ਭਾਰਤੀ ਏਜੰਸੀ ਆ ਜਿਹੜੀ ਨਿਊਯਾਰਕ ਦੇ ਵਿੱਚ ਜੀ 29 ਤਰੀਕ ਨੂੰ 11 ਵਜੇ ਤੋਂ 2 ਵਜੇ ਤੱਕ ਜਿਹੜਾ ਸਮਾਂ ਰੱਖਿਆ, ਬਹੁਤ ਵੱਡਾ ਇਕੱਠ ਜਿਹੜਾ ਇਹ ਕੀਤਾ ਜਾ ਰਿਹਾ ਔਰ ਉਸ ਇਕੱਠ ਦੇ ਵਿੱਚ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਜਿਵੇਂ ਭਾਈ ਸਾਹਿਬ ਕਹਿੰਦੇ ਆ ਜ਼ਬਰ ਦਾ ਜਿਹੜਾ ਮੁਕਾਬਲਾ ਸਬਰ ਦੇ ਨਾਲ ਕਰ ਰਹੇ ਹਾਂ, ਬਿਲਕੁਲ ਬਾਣੀ ਪੜ੍ਹਦਿਆਂ ਹੋਇਆਂ ਨਾਮ ਬਾਣੀ ਦਾ ਸਿਮਰਨ ਕਰਦਿਆਂ ਹੋਇਆਂ ਜਿਹੜਾ ਅਸੀਂ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਉੱਥੇ ਜਿਹੜੀਆਂ ਸੰਗਤਾਂ ਜੁੜ ਰਹੀਆਂ ਆ, ਕੋਈ ਉੱਥੇ ਕੋਈ ਇਹਦੇ ਇਹ ਗੱਲ ਨਹੀਂ ਹੈਗੀ ਵੀ ਕੋਈ ਨਾਅਰੇ ਲੱਗਣੇ ਆ ਕੋਈ ਵਿਖਾਵਾ ਹੋਏਗਾ ਕਿਸੇ ਕਿਸਮ ਦਾ, ਨਹੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਨਾਮ ਬਾਣੀ ਦਾ ਸਿਮਰਨ ਕਰਕੇ ਉੱਥੇ ਜਿਹੜਾ ਆਪਣਾ ਅਸੀਂ ਰੋਸ ਪ੍ਰਗਟ ਕਰਨਾ ਆ। ਪਰ ਉਹ ਕੌਂਸਲੇਟ ਦੇ ਸਾਹਮਣੇ ਤੁਸੀਂ ਕੀ ਮਕਸਦ ਕੀ ਕੌਂਸਲੇਟ ਦੇ ਸਾਹਮਣੇ ਰੋਸ ਪ੍ਰਗਟ ਕਰਨ ਦਾ? ਕਿਉਂਕਿ ਜਿਹੜੀ ਸੈਂਟਰ ਗੌਰਮੈਂਟ ਆ ਜੀ, ਚਾਹੇ ਬੇਸ਼ੱਕ ਜਿਹੜੇ ਕੁਛ ਸਿੰਘ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਆ ਜੀ, ਪਰ ਪੰਜਾਬ ਦੀਆਂ ਜੇਲ੍ਹਾਂ ਤੋਂ ਇਲਾਵਾ ਜਿਹੜੀਆਂ ਬਾਹਰਲੀਆਂ ਹਿੰਦੁਸਤਾਨ ਦੀਆਂ ਜੇਲ੍ਹਾਂ ਆ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਿੰਘ ਜਿਹੜੇ ਆ ਉਹ ਆਪਣੀਆਂ ਸਜ਼ਾਵਾਂ ਭੁਗਤ ਰਹੇ ਆ ਜਿਹੜੀਆਂ ਕਿ ਆਲਰੇਡੀ ਪੂਰੀਆਂ ਹੋ ਚੁੱਕੀਆਂ। ਇਹ ਜਿਹੜਾ ਸੈਂਟਰ ਦੇ ਸਟੇਟ ਜਿਹੜੇ ਸਟੇਟ ਦੀਆਂ ਸਰਕਾਰਾਂ ਆ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਵੀ ਆਉਂਦਾ ਆ, ਈਵਨ ਸੈਂਟਰ ਦੀ ਗੌਰਮੈਂਟ ਦੇ ਖੇਤਰ ਵਿੱਚ ਵੀ ਆਉਂਦਾ ਆ, ਕਿਉਂਕਿ ਜਿਹੜਾ ਅਸੀਂ ਇੱਥੇ ਮੁਜ਼ਾਹਰਾ ਕਰਨਾ ਆ ਭਾਰਤੀ ਕੌਂਸਲੇਟ ਦੇ ਅੱਗੇ, ਇਹਨਾਂ ਨੂੰ ਅਸੀਂ ਇੱਕ ਦੱਸਣਾ ਚਾਹੁੰਦੇ ਹਾਂ ਵੀ
ਇਹ ਇੱਥੇ ਨਿਊਯਾਰਕ ਦੇ ਵਿੱਚ ਹੀ ਨਹੀਂ ਹੋ ਰਿਹਾ ਇਕੱਠ, ਇਹ ਬਾਹਰਲੀਆਂ ਸਟੇਟਾਂ ਜਿਹੜੇ ਕੰਟਰੀਆਂ ਦੇ ਵਿੱਚ, ਅਮੈਰੀਕਾ, ਕਨੇਡਾ, ਇੰਗਲੈਂਡ ਦੇ ਵਿੱਚ ਵੀ ਅੱਜ ਦੀਆਂ ਜਿਹੜੀਆਂ ਅਸੀਂ ਨਿਊਜ਼ ਦੇਖਦੇ ਹਾਂ ਔਨਲਾਈਨ, ਉਹਦੇ ਵਿੱਚ ਖਬਰਾਂ ਆ ਰਹੀਆਂ, ਬਹੁਤ ਸਾਰੇ ਗੁਰੂ ਘਰਾਂ ਨੇ ਭੁੱਖ ਹੜਤਾਲ ਵੀ ਜਿਹੜੇ ਆ ਪ੍ਰਬੰਧਕ ਕਮੇਟੀਆਂ ਰੱਖ ਰਹੀਆਂ 30 ਤਰੀਕ ਨੂੰ ਸੈਨ ਫ੍ਰਾਂਸਿਸਕੋ ਦੇ ਵਿੱਚ ਵੀ, ਮੈਨੂੰ ਪਤਾ ਲੱਗਿਆ ਹੋ ਰਿਹਾ। ਇਹ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਰੇ ਜਿਹੜੀਆਂ ਵਰਲਡ ਦੇ ਵਿੱਚ ਜਿਹੜਾ ਸਿੱਖ ਜਾਗਿਆ, ਔਰ ਉਹ ਭਾਈ ਸਾਹਿਬ ਦੇ ਨਾਲ ਜਿਵੇਂ ਪਿਛਲੀ ਵਾਰੀ ਵੀ ਮਤਲਬ ਜਿਹੜਾ ਪੂਰਾ ਸਿੱਖ ਜਗਤ ਉੱਠ ਖਲੋਇਆ ਸੀ ਜੀ, ਮੈਂ ਸਮਝਦਾ ਇਕੱਲਾ ਸਿੱਖ ਜਗਤ ਨਹੀਂ, ਈਵਨ ਜਿਹੜਾ ਇਨਸਾਫ ਪਸੰਦ ਜਿਹੜਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਇਨਸਾਫ ਪਸੰਦ ਲੋਕ ਆ ਜਿਹੜੇ, ਚਾਹੇ ਉਹ ਹਿੰਦੂ ਵੀ ਹੋਣ, ਮੈਂ ਕਹਿੰਦਾ ਹਿੰਦੂ ਵੀਰ ਵੀ, ਉਹ ਵੀ ਇਸ ਗੱਲ ਦੀ ਸਪੋਰਟ ਕਰਦੇ ਆ, ਕਿਉਂਕਿ ਜਿਹੜਾ ਇੱਕ ਤੁਸੀਂ ਹਿਊਮਨ ਰਾਈਟ ਦੀਆਂ ਜਿਹੜੀਆਂ ਵਾਇਲੇਸ਼ਨ ਆ, ਇਹ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਆ, ਜੇ ਉੱਥੇ ਦੇ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਭੁੱਗ ਚੁੱਕੇ ਆ, ਅਸੀਂ ਬਹੁਤ ਪਿੱਛੇ ਚੱਲ ਜਾਈਏ। ਇੱਕ ਜਿਹੜਾ ਕਸਾਈ ਸੀਗਾ ਦਿੱਲੀ ਦੇ ਵਿੱਚ, ਜਿਹਨੇ 1984 ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦਾ ਕਤਲੇਆਮ ਕੀਤਾ, ਉਹਨੂੰ 7 ਟਾਈਮ ਜਿਹੜੀ ਆ ਫਾਂਸੀ ਸਜ਼ਾ ਸੀਗੀ, ਜਿਹੜੀ ਕਿ ਦੋਹਰੀ ਤੋਰੀ ਕਹਿ ਲਈਏ ਆਪਾਂ, ਉਹਨੂੰ ਵੀ ਇਹਨਾਂ ਨੇ ਮਤਲਬ ਇੱਕ ਰਹਿਮ ਦੀ ਅਪੀਲ, ਕਿਉਂਕਿ ਉਹਦਾ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਰਹਿਣ ਦਾ ਜਿਹੜਾ ਉਹਦਾ ਹਿਸਾਬ ਕਿਤਾਬ ਉਹ ਨਾਈਸ ਆ, ਉਹਦੇ ਆਧਾਰ 'ਤੇ ਵੀ ਇਹਨੂੰ ਜਮਾਤ 'ਤੇ ਰਿਹਾ ਕੀਤਾ ਜਾਵੇ। ਉਹ ਅਸੀਂ ਕਹੀਏ ਵੀ ਜੇ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਦੀ ਜੇ ਗੱਲ ਕਰੀਏ, ਉਹ ਵੀ ਮਤਲਬ ਉਹਦਾ ਵੀ ਕੋਈ ਜਿਹੜਾ ਰੈਕਡ ਜੇਲ੍ਹ ਦਾ ਬਹੁਤ ਨਾਈਸ ਆ, ਔਰ ਉਹਦੀ ਜਿਹੜੀ ਸਿਹਤ ਆ ਬਹੁਤ ਡਾਵਾਂਡੋਲ ਆ, ਉਹਨੂੰ ਵੀ ਕਿਉਂ ਨਹੀਂ ਰਿਹਾ ਕਰ ਰਹੇ? ਇਹ ਘੱਟ ਗਿਣਤੀਆਂ ਦੇ ਨਾਲ ਹਿੰਦੁਸਤਾਨ ਦੇ ਵਿੱਚ। ਤੇ ਇਸ ਵਾਰੀ ਦੀ ਜੇ ਆਪਾਂ ਖਾਸ ਤੌਰ 'ਤੇ ਗੱਲ ਕਰੀਏ ਤਾਂ ਭਾਈ ਸਾਹਿਬ ਦੀਆਂ ਮੰਗਾਂ ਖਾਸ ਤੌਰ 'ਤੇ ਕੀ ਨੇ, ਕਿਹੜੇ ਕਿਹੜੇ ਸਿੰਘਾਂ ਨੂੰ ਰਿਹਾਈ ਦੀ ਉਹ ਗੱਲ ਕਰ ਰਹੇ ਨੇ, ਅਤੇ ਕਿਹੜੇ ਕਿਹੜੇ ਸਿੰਘਾਂ ਨੂੰ ਜਿਹੜੇ ਪੈਰੋਲ 'ਤੇ ਉਦੋਂ ਛੱਡਿਆ ਗਿਆ ਸੀ ਉਹਨਾਂ ਦੀ ਵੀ ਨਾਲ ਗੱਲ ਹੋ ਰਹੀ ਹੈ? ਪੈਰੋਲ 'ਤੇ ਜਿਹੜੇ ਸਿੰਘ ਛੱਡੇ ਸੀਗੇ ਉਹਨਾਂ ਨੂੰ 1 ਮਹੀਨੇ ਵਾਸਤੇ ਜਿਹੜੀ ਜਮਾਨਤ ਆਪਾਂ ਕਹਿ ਲਈਏ ਉਹ ਦਿੱਤੀ ਆ ਜੀ, ਉਹ ਤੋਂ ਬਾਅਦ ਉਹਨਾਂ ਨੂੰ ਫਿਰ ਵਾਪਸ ਜਿਹੜੀ ਉਹ ਆਲਰੇਡੀ ਪਹਿਲਾਂ ਵੀ ਸਿੰਘਾਂ ਨੂੰ 1-2 ਸਿੰਘਾਂ ਨੂੰ ਜਿਹੜੀ ਛੁੱਟੀ ਮਿਲਦੀ ਸੀਗੀ ਸਾਲ ਮਗਰੋਂ, ਜਦੋਂ ਜਿਵੇਂ ਤੁਹਾਨੂੰ ਸਾਲ ਦੇ ਵਿੱਚ 1 ਮਹੀਨੇ ਦੀ ਛੁੱਟੀ ਦੇ ਦਿੰਦੇ ਆ ਵੀ ਚਲੋ ਆਪਣੀ ਫੈਮਿਲੀ ਦੇ ਵਿੱਚ ਜਾ ਕੇ ਉੱਥੇ ਰਿਹਾ, ਪਰ ਉਹਨਾਂ ਨੂੰ ਫਿਰ ਵਾਪਸ ਉਹਨਾਂ ਨੇ ਡੱਕਿਆ ਹੋਇਆ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿੰਨੀ ਲਿਸਟ ਆ ਸਿੰਘਾਂ ਦੀ, ਈਵਨ ਜਿਹੜੇ ਅਸੀਂ ਤਾਂ ਗੱਲ ਕਰਾਂਗੇ ਜਿਹੜੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਪੂਰੀਆਂ, ਚਾਹੇ ਉਹ ਦੂਜੀਆਂ ਕਮਿਊਨਿਟੀਆਂ ਦੇ ਲੋਕ ਕਿਉਂ ਨਾ ਹੋਣ ਜੀ ਜੀ, ਅਸੀਂ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀ ਗੱਲ ਜੀ, ਉਹ ਰਿਹਾ ਹੋਣੇ ਚਾਹੀਦੇ। ਭਾਈ ਸਾਹਿਬ ਦਾ ਵੀ ਇਹੀ ਮਤਲਬ ਜਿਹੜਾ ਮਕਸਦ ਆ, ਉਹ ਕੋਈ ਵੀ ਹੋਵੇ, ਚਾਹੇ ਸਿੱਖ ਵੀ ਆ, ਸਿੱਖਾਂ ਦਾ ਮਸਲਾ ਮੇਨ ਰੱਖਿਆ ਹੋਇਆ ਉਹਨਾਂ ਨੇ ਕਿਉਂਕਿ ਸਿੱਖ ਹਨ ਜੀ, ਚਾਹੇ ਉਹ ਦੂਜੀਆਂ ਕਮਿਊਨਿਟੀਆਂ ਦੇ ਵੀ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਆ ਓਵਰ ਭੁਗਤ ਚੁੱਕੇ ਆ, ਉਹ ਸਾਰਿਆਂ ਦੀ ਆਪਾਂ ਗੱਲ ਕਰਦੇ ਹਾਂ, ਸਿੱਖ ਜਿਹੜਾ ਆ ਉਹ ਸਰਬੱਤ ਦਾ ਭਲਾ ਮੰਗਦਾ ਹੈ। ਬਿਲਕੁਲ। ਸੋ ਜਿਹੜੇ ਮੈਂ ਇੱਕ ਗੱਲ ਹੋਰ ਵੀ ਕਰਨੀ ਚਾਹਾਂਗਾ ਬਈ, ਇੱਥੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹੈਗੇ ਆ ਟ੍ਰਾਈ ਸਟੇਟ ਦੇ, ਨੌਜਵਾਨ ਬੱਚੇ ਬੱਚੀਆਂ ਜਿਹਨਾਂ ਦੀਆਂ ਈਮੇਲਾਂ ਸਾਨੂੰ ਆ ਰਹੀਆਂ ਆ, ਪਿਛਲੇ 3 ਰੋਜ਼ ਤੋਂ ਅਸੀਂ ਵਰਕਆਊਟ ਸ਼ੁਰੂ ਕੀਤਾ ਆ, ਇਹ ਜਿਹੜਾ ਪ੍ਰੋਗਰਾਮ ਉਲੀਕੇ ਆ, ਕਿਉਂਕਿ ਹਰ ਇੱਕ ਮੁਲਕ ਦੇ ਵਿੱਚ ਇਹ ਨਿਊਜ਼ ਅੱਜ ਅਸੀਂ ਔਨਲਾਈਨ ਦੇਖੀ ਆ, ਇਹ ਹੋ ਰਿਹਾ ਸਪੋਰਟ ਭਾਈ ਸਾਹਿਬ ਦੀ ਪੰਜਾਬ ਦੇ ਵਿੱਚ, ਚਾਹੇ ਉਹ ਮੈਂ ਸਮਝਦਾ ਕਲਾਕਾਰ ਹਨ ਵੀਰ ਸਾਡੇ ਜੀ, ਉਹ ਕਿਸੇ ਵੀ ਖਿੱਤੇ ਨਾਲ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦਾ, ਉਹ ਭਾਈ ਸਾਹਿਬ ਦੇ ਨਾਲ ਸਪੋਰਟ ਕਰ ਰਿਹਾ ਪੰਜਾਬ ਦੇ ਵਿੱਚ ਜੀ। ਸੋ ਅਸੀਂ ਚਾਹੁੰਦੇ ਹਾਂ ਵੀ ਬਹੁਤ ਜਲਦ ਜਿਹੜੇ ਉਹ ਸਿੰਘ ਜਿਹੜੇ ਮਾਵਾਂ ਦੇ ਪੁੱਤ ਇੰਨੀਆਂ ਸਜ਼ਾਵਾਂ ਭੁਗਤ ਚੁੱਕੇ ਆ, ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨਾ ਚਾਹੀਦਾ ਜੀ ਜੀ ਜੀ। ਪੰਨੂ ਸਾਹਿਬ, ਤੁਸੀਂ ਕੀ ਸਮਝਦੇ ਹੋ ਵੀ ਭਾਈ ਸਾਹਿਬ ਦੀਆਂ ਮੰਗਾਂ ਜਿਹੜੀਆਂ ਨੇ ਜਾਇਜ਼ ਮੰਗਾਂ ਨੇ, ਅਤੇ ਸਰਕਾਰਾਂ ਜਿਹੜੀਆਂ ਕਿਉਂ ਨਹੀਂ ਉਹਨਾਂ ਦੀਆਂ ਮੰਗਾਂ ਮੰਨ ਰਹੀ, ਅਤੇ ਇੰਨੀ ਦੇਰੀ ਕਿਉਂ ਹੋ ਰਹੀ ਹੈ ਹੁਣ ਤੱਕ? ਤੁਹਾਡੇ ਅਨੁਸਾਰ ਤੁਸੀਂ ਕੀ ਸਮਝਦੇ ਹੋ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਭਾਈ ਸਾਹਿਬ ਦਾ ਹਾਲ ਚਾਲ ਪੁੱਛਣ ਕਿਉਂ ਨਹੀਂ ਗਿਆ ਉੱਥੇ? ਹਾਲਾਂਕਿ ਕਈ ਆਪਣੇ ਗੁਰਦੁਆਰਾ ਕਮੇਟੀਆਂ ਉੱਥੇ ਜਿਹੜੀਆਂ ਗੱਲ ਕਰ ਰਹੀਆਂ ਭਾਈ ਸਾਹਿਬ ਦੀ ਸਪੋਰਟ ਦੀ ਗੱਲ ਕਹਿ ਰਹੀਆਂ, ਪਰ ਹਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਰਸਨਲ ਤੌਰ 'ਤੇ ਉੱਥੇ ਕਿਉਂ ਨਹੀਂ ਗਿਆ? ਮੈਂ ਪ੍ਰਦੀਪ ਸਿੰਘ, ਤੁਹਾਨੂੰ ਬਹੁਤ ਸੋਹਣਾ ਕੁਐਸਚਨ ਕੀਤਾ। ਗੱਲ 'ਤੇ ਆਪਾਂ ਗੱਲ ਕਰੀਏ ਵੀ ਜਿਹੜਾ ਪ੍ਰਸ਼ਾਸਨ ਆ ਉੱਥੋਂ ਦਾ ਜੀ, ਕਾਤਲ ਵੀ ਉਹ ਆ, ਅਤੇ ਉਹ ਸਾਡੀ ਗੱਲ ਦੇ ਵਾਸਤੇ ਕਿਉਂ ਅੱਗੇ ਆਏਗਾ? ਇਸ ਕਰਕੇ ਉਹਨਾਂ ਨੂੰ ਫਿਰ ਆਪਾਂ ਚਾਹੁੰਦੇ ਕੀ ਆ ਸਾਡੀਆਂ ਮੰਗਾਂ ਜਿਹੜੀਆਂ, ਸਾਡੀਆਂ ਮੰਗਾਂ ਜਿਹੜੀਆਂ ਕਾਨੂੰਨ ਦੇ ਦਾਇਰੇ ਦੀ ਗੱਲ ਜਦੋਂ ਆਪਾਂ ਕਰਾਂਗੇ ਨਾ, ਜਿਹੜੇ ਬੰਦੇ ਨੂੰ ਸਜ਼ਾ ਹੋ ਗਈ ਕਿਸੇ ਤਰੀਕੇ ਦੇ ਵਿੱਚ ਵੀ ਹੋਈ ਜੀ, ਜਿਸ ਤਰ੍ਹਾਂ ਮਤਲਬ ਉਹਨਾਂ ਨੇ ਕੇਸ ਪਾ ਪਾ ਕੇ ਅੰਦਰ, ਨਜਾਇਜ਼ ਪਾ ਪਾ ਕੇ ਅੰਦਰ ਡੱਕਿਆ ਗਿਆ ਜੀ, ਜਦੋਂ ਕੋਰਟ ਉਹਨੂੰ ਸਜ਼ਾ ਬੰਦੇ ਨੂੰ ਦੇ ਦਿੰਦੀ ਆ, ਅਤੇ ਉਦੋਂ ਬਾਅਦ ਆਟੋਮੈਟਿਕਲੀ ਉਹ ਬੰਦਾ ਬਾਹਰ ਆ ਜਾਣਾ ਚਾਹੀਦਾ ਜੀ। ਮੈਂ ਹੁਣ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਾਂ, ਕੱਲ੍ਹ ਦੀ ਸਟੇਟਮੈਂਟ ਸ਼ਾਇਦ ਤੁਸੀਂ ਪੰਜਾਬ ਦੇ CM ਦੀ ਪੜ੍ਹੀ ਹੋਏਗੀ ਜੀ, ਉਹਨਾਂ ਨੇ ਬਾਕੀ ਸਟੇਟਾਂ ਨੂੰ ਤਾਂ ਚਿੱਠੀਆਂ ਪਾਤੀਆਂ ਜੀ,
ਪਰ ਕਦੀ ਪੰਜਾਬ ਬਾਰੇ ਵੀ ਉਹਨਾਂ ਸੋਚਿਆ? ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਾਡੇ ਵੀਰ ਰੁੜ ਰਹੇ ਹਨ, ਕਈ ਬਜ਼ੁਰਗ ਹੋ ਗਏ ਨੇ, ਕਈ ਬੀਬੀਆਂ ਦੇ ਵਿੱਚ ਬੱਚੇ ਨੇ, ਉਹਨਾਂ ਬਾਰੇ ਕਿਉਂ ਨਹੀਂ ਇਹਨਾਂ ਗੱਲ ਕੀਤੀ? ਬਾਅਦ ਦੀਆਂ ਸਟੇਟਾਂ ਦੀ ਪਹਿਲਾਂ ਗੱਲ ਕਰ ਲਈ ਹੈ, ਘੱਟ ਤੋਂ ਘੱਟ ਪਹਿਲਾਂ ਪੰਜਾਬ ਦੇ ਵਿੱਚੋਂ ਰਿਹਾਅ ਕਰਨ ਜਿਹੜੇ ਵੀ ਬੰਦੇ ਭੈਣ ਭਰਾ ਉਸ ਟਾਈਮ ਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਜਿਹੜੇ ਬੰਦੇ 'ਤੇ ਕੇਸ ਕੋਈ ਹਾਲੇ ਚੱਲ ਰਿਹਾ ਵਾ ਉਹਨੂੰ ਹਾਲੀ ਨਾ ਛੱਡਣਾ, ਉਹਦੀ ਗੱਲ ਹੀ ਆਪਾਂ ਕਰ ਰਹੇ। ਗੱਲ ਤਾਂ ਹੈ ਕਿ ਜਿਹੜੇ ਬੰਦਿਆਂ ਨੇ ਸਜ਼ਾ ਪੂਰੀ ਹੋ ਚੁੱਕੀਆਂ ਉਹਨਾਂ ਨੂੰ ਜਿਹੜਾ ਰਿਲੀਜ਼ ਕਰਨਾ ਜਿਹੜਾ ਵਾ ਉਹ ਕਾਨੂੰਨ ਦਾ ਫਰਜ਼ ਬੰਦ ਵਾ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਜਦੋਂ ਵੀ ਸਿੱਖ ਨਾ ਇਕੱਠੇ ਹੋ ਕੇ ਬਾਹਰ ਕੋਈ ਨਾ ਕੋਈ ਪ੍ਰੋਪੇਗੰਡਾ ਕਰਦੇ ਆ ਤਾਂ ਸਵਾਲ ਪਹਿਲਾਂ ਹੀ ਜਿਹੜਾ ਵੀ ਬੰਦਾ ਉੱਥੇ ਆਉਂਦਾ ਹੈ ਤੁਹਾਡੇ ਜਿਹੜਾ ਤੁਸੀਂ ਇਕੱਠ ਕਰ ਰਹੇ ਹੋ ਉੱਥੇ ਉਹਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਇਹ ਦਿਮਾਗ ਦੇ ਵਿੱਚ ਆਉਂਦਾ ਵੀ ਇਹ ਜਿਹੜੇ ਇਕੱਠ ਅਸੀਂ ਕਰਦੇ ਇਹਨਾਂ ਦਾ ਸਾਨੂੰ ਕੀ ਫਾਇਦਾ ਹੁੰਦਾ। ਸੋ ਪਿਛਲੇ ਸਾਲ ਜਦੋਂ ਭਾਈ ਸਾਹਿਬ ਭੁੱਖ ਹੜਤਾਲ 'ਤੇ ਬੈਠੇ ਸੀ ਉਦੋਂ ਵੀ ਆਪਾਂ UNO ਦੇ ਸਾਹਮਣੇ ਸਾਡੇ ਚੈਨਲ ਵੱਲੋਂ ਵੀ ਕਵਰ ਕੀਤਾ ਗਿਆ ਸੀ, ਉਹਦਾ ਕੀ ਜਿਹੜਾ ਸਿੱਟਾ ਨਿਕਲਿਆ ਸੀ, ਤੁਸੀਂ ਕੀ ਸਮਝਦੇ ਵੀ ਇਸ ਤਰ੍ਹਾਂ ਦੇ ਇਕੱਠ ਹੋਣ ਦਾ ਕੀ ਸਿੱਟਾ ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਚੱਲ ਰਹੀ ਉਹਨੂੰ ਕੀ ਫਾਇਦਾ ਹੁੰਦਾ? ਮੈਂ ਤੁਹਾਨੂੰ ਬਿਲਕੁਲ ਤੁਸੀਂ ਬੜੇ ਰਾਈਟ ਡਾਇਰੈਕਸ਼ਨ 'ਤੇ ਕੁਐਸਚਨ ਕੀਤਾ ਵਾ। ਜਦੋਂ ਵੀ ਕੋਈ ਇੱਥੇ ਪ੍ਰੋਗਰਾਮ ਕੀਤਾ ਜਾਂਦਾ, ਖਾਸ ਕਰਕੇ UNO ਦਾ ਆਪਾਂ ਗੱਲ ਕਰਦੇ ਹਾਂ ਜਾਂ ਬਾਹਰ ਕੌਂਸਲੇਟਾਂ ਦੀ ਗੱਲ ਹੁੰਦੀ ਆ, ਜੀ ਇਹ ਜਿਹੜੀ ਕਵਰੇਜ ਆ ਮੀਡੀਆ ਜਿਹੜਾ ਕਰਦਾ ਵਾ ਉਹ ਕਈ ਵਾਰੀ ਅੰਡਰ ਕਵਰ ਵੀ ਹੁੰਦੇ ਨੇ ਮੀਡੀਆ ਜਿਹੜਾ ਵਾ ਉਹ ਆਪਣੀਆਂ ਰਿਪੋਰਟਾਂ ਲਿਖ ਕੇ ਜਾਂਦੇ ਨੇ ਜੀ, ਰਿਪੋਰਟਾਂ ਲੈ ਕੇ ਫਿਰ ਜਿਹੜਾ ਸੈਂਟਰ ਲੈਵਲ 'ਤੇ ਜਿਹੜੀ ਆ ਉਹ ਪ੍ਰੈਸ਼ਰ ਪੈਂਦਾ ਵਾ ਜੀ। ਜਦੋਂ ਆਪਾਂ ਪਿੱਛੇ ਗੱਲ ਕਰ ਲਈਏ ਵੀ ਸਿੱਖਾਂ ਨੇ ਗੱਲ ਕੀਤੀ, ਜਿਹੜੇ ਦੰਗੇ ਕਹੇ ਜਾਂਦੇ ਸੀਗੇ ਜੀ ਉਹਨਾਂ ਨੂੰ ਜੈਨੋਸਾਈਡ ਦੇ ਵਿੱਚ ਤਬਦੀਲ ਕੀਤਾ ਗਿਆ ਜੀ। 7 ਨਵੰਬਰ ਨੂੰ ਸਿੱਖ ਜੈਨੋਸਾਈਡ ਦੀ ਪਟੀਸ਼ਨ ਜਿਹੜੀ ਆ UNO ਦੇ ਵਿੱਚ ਵੀ ਐਕਸੈਪਟ ਹੋ ਗਈ ਜੀ, ਜਿਹਦੇ ਉੱਤੇ ਵਰਕਆਊਟ ਹੋ ਰਿਹਾ ਜੀ। ਅੱਜ ਉਸੇ ਮੁੱਦੇ ਨੂੰ ਅੱਜ ਇੰਡੀਆ ਦੇ ਵਿੱਚ ਵੀ ਲੇਟੈਸਟ ਨਿਊਜ਼ ਆਈ ਹੈ, ਲੇਟੈਸਟ ਜਿਹੜੀ ਨਿਊਜ਼ ਅੱਜ ਦੀ ਕਿ ਜਿਹੜਾ ਉੱਥੋਂ ਦੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ ਉਹਨਾਂ ਨੇ ਸਭ ਤੋਂ ਵੱਡੀ ਸਟੇਟਮੈਂਟ ਅੱਜ ਦਿੱਤੀ ਹੈ ਜੀ ਕਿ ਸਿੱਖਾਂ ਦੇ ਨਾਲ ਉਹ ਰਾਈਟਸ ਨਹੀਂ ਸੀ ਹੋਏ 1984 ਵਾਲੇ, ਉਹ ਸਿੱਖਾਂ ਦੇ ਨਾਲ ਸਿੱਖਾਂ ਦਾ ਜੈਨੋਸਾਈਡ ਹੋਇਆ। ਇਹਦਾ ਮਤਲਬ ਜਿੰਨੀ ਆਵਾਜ਼ ਬਾਹਰ ਕਿਤੇ ਉੱਠਦੀ ਆ ਉਸ ਚੀਜ਼ ਦਾ ਪ੍ਰੈਸ਼ਰ ਜਿਹੜਾ ਵਾ ਉਹ ਇੰਡੀਆ ਦੀ ਧਰਤੀ ਦੇ ਉੱਤੇ ਇੰਡੀਆ ਦੀ ਗੌਰਮੈਂਟ ਦੇ ਉੱਤੇ ਪੈਂਦਾ ਵਾ। ਜਿਹੜਾ ਆਪਾਂ ਪੰਜਾਬ ਦੀ ਗੱਲ ਕਰੀਏ ਅਤੇ ਜਾਂ ਭਾਈ ਸਾਹਿਬ ਦੀ ਗੱਲ ਕਰੀਏ ਜਿਹੜੀ ਰਿਲੇਟਡ ਆ ਇਹਨਾਂ ਨਾਲ, ਇਹ ਜਿਹੜੇ ਬੰਦੇ ਆਪਾਂ ਉਹ ਵੀ ਗੱਲ ਕਰ ਰਹੇ ਅਤੇ ਆਪਾਂ ਵੀ ਕਰਦੇ ਹਾਂ ਵੀ ਜਿਹੜੇ ਬੰਦੇ ਨੇ ਸਜ਼ਾ ਆਪਣੀ ਭੁਗਤ ਕਰ ਲਈ ਹੈ 1984 ਦੀਆਂ ਗੱਲਾਂ ਨੇ ਜੀ, ਜਾਂ ਉਸ ਤੋਂ 2-4 ਸਾਲ ਬਾਅਦ ਦੀਆਂ ਲਾ ਲਓ 88 ਦੀਆਂ ਲਾ ਲਈਏ, ਉਸ ਟਾਈਮ ਦੇ ਲੋਕ ਜਿਹੜੇ ਮੇਰੇ ਕਈ ਭੈਣਾਂ ਵੀ ਸਾਡੀਆਂ ਵਿੱਚ ਹੈਗੀਆਂ ਨੇ, ਬਜ਼ੁਰਗ ਹੋ ਗਏ ਨੇ ਜੀ, ਕਈ ਵਿੱਚ ਬੱਚੇ ਵੀ ਨੇ ਜੀ, ਕਈ ਨੌਜਵਾਨ ਸਿੰਘ ਨੇ ਜਿਹਨਾਂ ਉੱਤੇ ਨਜਾਇਜ਼ ਪਰਚੇ ਕੀਤੇ ਗਏ, ਉਹਨਾਂ ਨੂੰ ਘੱਟ ਤੋਂ ਘੱਟ ਰਿਲੀਜ਼ ਕਰ ਦੇਣਾ ਚਾਹੀਦਾ ਕਿਉਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਇਹ ਮਨੁੱਖੀ ਅਧਿਕਾਰਾਂ ਦੀ ਬੜੀ ਵੱਡੀ ਉਲੰਘਣਾ ਵਾ ਜੀ। ਕਿਉਂਕਿ ਜੇ ਮਨੁੱਖੀ ਅਧਿਕਾਰਾਂ ਦੇ ਮਸਲੇ ਦੇ ਨਾਲ ਆਪਾਂ ਜਾਵਾਂਗੇ ਤਾਂ ਉਹ ਇੱਕ ਵੀ ਸੈਕਿੰਡ ਕਿਸੇ ਬੰਦੇ ਨੂੰ ਅੰਦਰ ਨਹੀਂ ਰੱਖ ਸਕਦੇ। ਇਹ ਹੁਣ ਜਿਹੜੀ ਪੋਲੀਟੀਕਲ ਗੇਮਸ ਜਿਹੜੀਆਂ ਨੇ ਜੇ ਪਿੱਛੇ ਜੇ ਵੇਖੀਏ ਆਪਾਂ ਤਾਂ ਪੰਜਾਬ ਗੌਰਮੈਂਟ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਰਿਟ ਪਾਤੀ ਸੀ ਜਦੋਂ ਭੁੱਲਰ ਸਾਹਿਬ ਨੂੰ ਛੱਡਣਾ ਸੀਗਾ ਅਤੇ ਉਹਨਾਂ ਕਹਿ ਤਾ ਵੀ ਜੇ ਇਸ ਬੰਦੇ ਨੂੰ ਛੱਡਿਆ ਜਾਂਦਾ ਤਾਂ ਪੰਜਾਬ ਦੇ ਹਾਲਾਤ ਮਾੜੇ ਹੋ ਸਕਦੇ ਆ। ਇੱਕ ਬੰਦਾ ਪੜ੍ਹਿਆ ਲਿਖਿਆ ਨੌਜਵਾਨ ਪ੍ਰੋਫੈਸਰ ਆ ਜੀ, ਉਸ ਨੇ ਸਾਰੀ ਉਮਰ ਨਜਾਇਜ਼ ਤੌਰ ਦੇ ਉੱਤੇ ਇੱਕ ਚਵਲ ਜਿਹਾ ਬੰਦਾ ਬਿੱਟਾ ਜਿਹਨੂੰ ਕਹਿੰਦੇ ਆ ਉਹਦੇ ਆਪਾਂ ਕਿਸੇ ਦਾ ਨਾਂ ਲੈ ਕੇ ਲੈਣਾ ਪਏਗਾ ਕਿਉਂਕਿ ਉਹਦੀ ਬਦੌਲਤ ਉਹ ਬੰਦਾ ਸਜ਼ਾ ਭੁਗਤ ਰਿਹਾ ਜੀ 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 ਜੀ। ਉਹ ਬੰਦਾ ਇੱਕ ਸਾਈਕਲ ਚੋਰ ਸੀ ਕਦੀ ਜੀ, ਪਰ ਅੱਜ ਉਸ ਬੰਦੇ ਨੂੰ ਉਹਦੀ ਬਦੌਲਤ ਜਿਹੜੀ ਸਜ਼ਾ ਵਾ ਭੁਗਤਣੀ ਪੈ ਰਹੀ ਆ, ਉਹ ਵਿਚਾਰਾ ਬੈੱਡ ਦੇ ਉੱਤੇ। ਆਪਾਂ ਕੇਂਦਰਿਤ ਕਰੀਏ ਗੁਰਬਖਸ਼ ਸਿੰਘ ਖਾਲਸਾ ਦੇ ਨਾਲ, ਬਾਹਰ ਦਾ ਸਿੱਖ ਜਿਹੜਾ ਇਸ ਵੇਲੇ ਖੜਾ ਵਾ ਜੀ, ਅਸੀਂ ਉਹਦੇ ਹਰ ਸਵਾਸ ਦੇ ਨਾਲ ਆਪਣਾ ਸਵਾਸ ਜਿਹੜਾ ਨਾਲ ਤੁਹਾਡੇ ਕਹਿਣ ਦਾ ਭਾਵ ਆ ਵੀ ਤੁਸੀਂ ਤਨੋ ਮਨੋ ਤਨੋ ਜਿਹੜਾ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਦੇ ਨਾਲ ਹਿਮਤ ਸਿੰਘ ਜੀ ਮੈਂਸ਼ਨ ਕਰਨਾ ਚਾਹੁੰਦਾ। ਦੇਖੋ ਜਿਹੜੀ ਅਸੀਂ ਇਹ ਛੱਡ ਜਿਹੜੇ ਇੱਥੇ ਅਸੀਂ ਇਕੱਠ ਕਰਦੇ ਹਾਂ ਜੀ, ਕਦੇ ਵੀ ਸਾਨੂੰ ਪ੍ਰੋਬਲਮ ਚਾਹੇ ਪਿੱਛੇ ਜੇ ਤੁਸੀਂ ਦੇਖੋ ਨੂਰ ਮਹਿਲ ਦੇ ਜਿਹੜੇ ਚੇਲਿਆਂ ਨੇ ਉਹਨਾਂ ਦੇ ਸਾਧਿਆਂ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਆ ਜੀ। ਸੋ ਸਾਡਾ ਜਿਹੜਾ ਇੱਕ ਮੈਸੇਜ ਆ ਸਿੱਖ ਜਗਤ ਦਾ ਵਿਦੇਸ਼ਾਂ 'ਚੋਂ, ਹੁਣ ਜਦੋਂ ਭਾਈ ਗੁਰਬਖਸ਼ ਸਿੰਘ ਜੀ ਸੈਕਿੰਡ ਟਾਈਮ ਫੇਰ ਅਗੇਨ ਜਦੋਂ ਬੈਠੇ ਆ, ਕਿਉਂਕਿ ਸਿੱਖਾਂ ਦੇ ਨਾਲ ਧੱਕਾ ਹੁੰਦਾ ਆ ਮੁੱਢ ਤੋਂ, ਭਗਤ ਨਾਮਦੇਵ ਦੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਆ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਕਿਉਂਕਿ ਹਿੰਦੂ ਜਿਹੜਾ ਭਗਤ ਨਾਮਦੇਵ ਮਹਾਰਾਜ ਨੇ ਵੀ ਕਿਹਾ ਬਾਬਾ ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਨਾ ਆ, ਉਹਨੂੰ ਉਹ ਬਲੈਂਡ ਹੋ ਚੁੱਕਿਆ ਔਰ ਉਹ ਭਗਤ ਜੀ ਦੀ ਗੱਲ ਦੇ ਬਿਲਕੁਲ ਮੁਤਾਬਕ, ਕਿਉਂਕਿ ਉਹਨਾਂ ਨੂੰ ਸੱਚ ਅਤੇ ਝੂਠ ਦਾ ਨਿਤਾਰਾ ਨਹੀਂ ਕਰਨਾ ਆਉਂਦਾ।
ਉਹ ਝੂਠ ਦੀ ਸਪੋਰਟ ਕਰ ਰਹੇ ਆ। ਸਿੱਖ ਜਿਹੜਾ ਹਮੇਸ਼ਾ ਜ਼ੁਲਮ ਦੇ ਖਿਲਾਫ ਸੱਚ ਦੀ ਹੱਕ ਦੇ ਵਿੱਚ ਲੜਦਾ ਰਿਹਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਧੱਕਾ ਹੁੰਦਾ ਹੋਵੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਵਿੱਚ, ਜਿਹੜਾ ਸਿੱਖ ਆ ਉਹ ਸਰਬੱਤ ਦਾ ਭਲਾ ਮੰਗਦਾ ਆ। ਜਿਹੜਾ ਇੱਥੇ ਅਸੀਂ ਰੋਸ ਵਿਖਾਵਾ ਕਰਦੇ ਹਾਂ, ਚਾਹੇ ਹੁਣ ਪਟੀਸ਼ਨ ਦੀ ਗੱਲ ਲੈ ਲਓ, ਆਪਾਂ ਸਾਈਨ ਕੀਤੀ 1 ਲੱਖ ਤੋਂ ਉੱਪਰ ਹੋ ਚੁੱਕੀ ਆ, ਸਿੱਖ ਫਾਰ ਜਸਟਿਸ ਨੇ ਆਰੰਭਿਆ ਕਾਜ ਜੀ ਜੀ ਜੀ, ਸਾਰੇ ਸਿੱਖ ਦਾ ਵਰਲਡ ਜਿਹੜੀਆਂ ਪਟੀਸ਼ਨਾਂ ਜੀ, ਹੁਣ ਆਲਮੋਸਟ 1.5 ਲੱਖ ਜਿਹੜੀ ਪਟੀਸ਼ਨ ਹੋਣ ਲੱਗੇ ਪਹੁੰਚੀ ਹੋਈ ਹੈ ਜੀ। ਇਹ ਇੱਕ ਅਵੇਅਰਨੈਸ, ਅਸੀਂ ਸਿੱਖਾਂ ਦੇ ਵਿੱਚ ਅਵੇਅਰਨੈਸ ਪੈਦਾ ਹੁੰਦੀ ਆ, ਜਿਹੜੇ ਸਾਡੇ ਬੱਚੇ ਬੱਚੇ ਤੱਕ ਇੱਕ ਮੈਸੇਜ ਆਉਂਦਾ, ਸਾਨੂੰ ਤਕਲੀਫਾਂ ਕੀ ਆ, ਸਾਡੇ ਨਾਲ ਧੱਕਾ ਕੀ ਹੋ ਰਿਹਾ। ਇਹ ਭਾਰਤ ਦੇ ਵਿੱਚ ਸ਼ੁਰੂ ਤੋਂ ਹੁਣ ਤੱਕ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਸਾਜਿਸ਼ ਆ, ਆ ਹੁਣ ਰੀਸੈਂਟਲੀ ਅਸੀਂ ਜੇ ਨਿਊਜ਼ਾਂ ਵਾਚ ਕਰਦੇ ਹਾਂ, ਹਿੰਦੁਸਤਾਨ ਦੇ ਵਿੱਚ ਇੱਕ ਹਿੰਦੂ ਜਿਹੜੀ ਸਰਕਾਰ ਆ ਜਿਹਦੇ ਵਿੱਚ ਬਜਰੰਗ ਦਲ, RSS, BJP ਜਿਹੜੀ, ਇਹਨਾਂ ਦਾ ਜਿਹੜਾ ਹੁਣ ਏਜੰਡਾ ਆ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਧੱਕੇ ਦੇ ਨਾਲ ਜਿਹੜਾ ਧਰਮ ਪਰਿਵਰਤਨ ਜਿਹੜਾ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ ਜੀ, ਹਿੰਦੂ ਬਣਾਇਆ ਜਾ ਰਿਹਾ। ਇਹ ਮੋਹਨ ਭਗਵਤ RSS ਦਾ ਜਿਹੜਾ ਬੰਦਾ ਮੇਨ ਹੈੱਡ ਆ, ਉਹ ਕਹਿੰਦਾ ਵੀ ਹਿੰਦੂ ਹਿੰਦੁਸਤਾਨ ਜਿਹੜਾ ਹਿੰਦੂਆਂ ਦਾ ਮੁਲਕ ਆ, ਹਿੰਦੂ ਆ ਸਾਰੇ ਹਿੰਦੂ ਆ, ਜਦਕਿ ਸਾਡੇ ਜਿਹੜੇ ਸਿੱਖ ਆ, ਅਸੀਂ ਜਿਹੜੀ ਪਟੀਸ਼ਨ ਵੀ ਸਾਡੀ ਜਿਹੜੀ ਆ, ਸਾਡੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਮਹਾਰਾਜ ਤੋਂ ਦੇਖ ਲਓ ਜਨੇਊ ਨਹੀਂ ਪਾਇਆ, ਉਹਨਾਂ ਨੇ ਸੱਚ ਦੀ ਗੱਲ ਕੀਤੀ ਆ। ਫਿਰ ਉਹ ਤੋਂ ਬਾਅਦ 'ਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦੇ ਦਿੱਤੀ ਆ, ਉਹਨਾਂ ਨੇ ਇਹ ਵੀ ਕਿਹਾ ਵੀ ਜ਼ੁਲਮ ਨਹੀਂ ਰੋਕਣ ਲਈ। ਸੋ ਅਸੀਂ ਇੱਕ ਅਵੇਅਰਨੈਸ ਜਿਹੜਾ ਉਹਦੇ ਸਾਡਾ ਮੈਸੇਜ ਆ ਸਿੱਖਾਂ ਵਾਸਤੇ, ਉਹ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਭਰਾ ਆ, ਅਸੀਂ ਪੰਜਾਬ ਤੋਂ ਜੰਮਪਲ ਆ, ਸਾਡਾ ਜਿਹੜਾ ਉੱਥੇ ਸਾਡੀ ਮਾਤਰ ਭੂਮੀ ਪੰਜਾਬ ਆ ਜੀ ਜੀ ਜੀ, ਸਾਨੂੰ ਅਸੀਂ ਨੇਸ਼ਨ ਦੀ ਵੀ ਗੱਲ ਕਰਦੇ ਹਾਂ। ਸੋ ਅਸੀਂ ਇੱਕ ਅਵੇਅਰਨੈਸ ਪੈਦਾ ਕਰਦੇ ਹਾਂ, ਅਸੀਂ ਆਪਣੇ ਭਰਾਵਾਂ ਨੂੰ ਕਹਿੰਦੇ ਹਾਂ ਵੀ ਭਰਾਵੋ ਜਾਗਦੇ ਰਹੋ, ਅਸੀਂ ਤੁਹਾਡੇ ਨਾਲ ਆ, ਚਾਹੇ ਵਿਦੇਸ਼ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਕਿਸੇ ਵੀ ਖਿੱਤੇ ਦੇ ਵਿੱਚ, ਕਿਤੇ ਵੀ ਟਾਊਨ ਦੇ ਵਿੱਚ ਕੋਈ ਸਿੱਖ ਰਹਿੰਦਾ, ਕੱਲ ਇੱਕ ਰਹਿੰਦਾ, ਦੋ ਰਹਿੰਦੇ ਆ, ਉਸ ਧਰਤੀ ਦੇ ਨਾਲ ਜੁੜਿਆ ਹੋਇਆ, ਗੁਰੂਆਂ ਦੀ ਧਰਤੀ ਜੀ ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਇੱਕ ਅਵੇਅਰਨੈਸ ਲਿਆਉਣੇ ਚਾਹੁੰਦੇ ਹੋ ਪੰਜਾਬ ਦੇ ਸਿੱਖਾਂ ਦੇ ਵਿੱਚ ਵੀ ਜ਼ੁਲਮ ਦੇ ਅੱਗੇ ਜਿਹੜਾ ਉਹ ਟੱਕਰਾ ਜਿਹੜਾ ਉਹਦਾ ਕਰਨਾ ਚਾਹੀਦਾ, ਜ਼ਬਰ ਦਾ ਮੁਕਾਬਲਾ ਜਿਹੜਾ ਉਹ ਸਬਰ ਦੇ ਨਾਲ। ਸੋ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਜਾਣ ਪਹਿਚਾਣ ਪ੍ਰੋਗਰਾਮ, ਉਮੀਦ ਹੈ 29 ਤਰੀਕ ਨੂੰ ਹੁਮ ਹੁਮਾ ਕੇ ਸਿੱਖ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਦੇਣਗੇ, ਇਕੱਠ ਵੱਡੇ ਇਕੱਠ ਦੇ ਰੂਪ ਦੇ ਵਿੱਚ ਉੱਥੇ ਦਿਖਾਈਏ, ਤਾਂ ਕਿ ਭਾਰਤੀ ਸਰਕਾਰ ਆ ਜਿਹੜੀ ਉੱਥੇ ਦਬਾਅ ਪਾਇਆ ਜਾ ਸਕੇ, ਅਤੇ ਉਹਨਾਂ ਨੂੰ ਦੱਸਿਆ ਜਾ ਸਕੇ ਵੀ ਸਿੱਖਾਂ ਦੇ ਵਿੱਚ ਬੜੀ ਏਕਤਾ ਹੈ, ਅਖੰਡਤਾ ਹੈ, ਜਦੋਂ ਵੀ ਜ਼ੁਲਮ ਦੀ ਜੇ ਗੱਲ ਹੁੰਦੀ ਆ ਤਾਂ ਸਿੱਖ ਆ ਜਿਹੜੇ ਇਕੱਠੇ ਹੋ ਕੇ ਉਹਦਾ ਡਟ ਕੇ ਮੁਕਾਬਲਾ ਕਰਨਗੇ, ਜ਼ਬਰ ਦਾ ਮੁਕਾਬਲਾ ਜਿਸ ਤਰ੍ਹਾਂ ਸਬਰ ਦੇ ਨਾਲ ਹੋ ਰਿਹਾ ਉਸੇ ਤਰ੍ਹਾਂ ਉੱਥੇ ਗੁਰਬਾਣੀ ਦਾ ਪਾਠ ਕਰਨਾ, ਸਾਰਿਆਂ ਨੇ ਰਲ ਕੇ, ਕੋਈ ਨਾਅਰੇ ਨਹੀਂ ਲਾਉਣੇ, ਸਭ ਨੇ ਰਲ ਕੇ ਇੱਕ ਸਿੱਖਾਂ ਤੋਂ ਸਿੱਖਾਂ ਦਾ ਜਿਹੜਾ ਇਕੱਠ ਹੈ ਉਹਨੂੰ ਦਿਖਾਉਣਾ ਹੈ, ਤਾਂ ਕਿ ਜਿਹੜੀ ਆਵਾਜ਼ ਆ ਬਾਹਰਲੇ ਮੁਲਕਾਂ ਦੇ ਸਿੱਖਾਂ ਦੀ ਉਹ ਇੰਡੀਆ ਤੱਕ ਪਹੁੰਚ ਸਕੇ। ਉਮੀਦ ਹੈ ਤੁਸੀਂ ਹੁਮ ਹੁਮਾ ਕੇ ਪਹੁੰਚੋਗੇ ਔਰ ਸਾਰੇ ਜਥੇਬੰਦੀਆਂ ਦਾ ਸਾਥ ਦਿਓਗੇ। ਤੁਸੀਂ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਮੈਨੂੰ ਈਮੇਲ ਕਰ ਸਕਦੇ ਹੋ feedback@globalpunjabtv.com। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਇਜਾਜ਼ਤ ਦਿਓ, ਧੰਨਵਾਦ, ਰੱਬ ਰਾਖਾ।